ਸਮਾਣਾ ਸ਼ਹਿਰ 'ਚ ਸ਼੍ਰੀ ਗਣੇਸ਼ ਉਤਸਵ ਦੇ ਅੱਜ ਵਿਸਰਜਨ ਦੇ ਮੌਕੇ 'ਚ ਸ਼ਹਿਰ ਦੇ ਵਿੱਚ ਵਿਸਰਜਨ ਗਣੇਸ਼ ਜੀ ਦੀ ਮੂਰਤੀਆਂ ਕਰਨ ਦੇ ਲਈ ਸ਼ਰਧਾਲੂ ਜਾ ਰਹੇ ਹੈ। ਭਾਖੜਾ ਨਹਿਰ ਦੇ ਵਿੱਚ ਉਹਨੂੰ ਵਿਸਰਜਨ ਕੀਤਾ ਜਾਣਾ ਹੈ, ਲੇਕਿਨ ਮੱਛੀ ਅੱਡਾ ਚੌਂਕ ਦੇ ਵਿੱਚ ਵਿਸਰਜਨ ਦੇ ਮੌਕੇ 'ਤੇ ਇੱਕ ਲੰਗਰ ਪਕਾਇਆ ਜਾ ਰਿਹਾ ਸੀ, ਜਿੱਥੇ ਹਲਵਾਈ ਪੂਰੀਆਂ ਬਣਾ ਰਹੇ ਸੀ। ਉਸ ਵਿਅਕਤੀਆਂ ਵੱਲੋਂ ਪੂਰੀਆਂ ਮੰਗੀ ਗਈ, ਚਾਰ ਪੂਰੀ ਮੰਗੀ, ਜਿਹਦੇ ਨੂੰ ਲੈ ਕੇ ਤੂੰ ਮੈਂ ਹੋ ਗਈ, ਦੋਵਾਂ ਦੇ ਵਿੱਚ ਗਾਲੀ ਗਲੋਚ ਹੋਇਆ ਔਰ ਉਸ ਦੇ ਵਿੱਚ ਦੋ ਜਿਹੜੇ ਹਲਵਾਈ ਹੈ ਉਹਨੂੰ ਜ਼ਖਮੀ ਕੀਤਾ ਗਿਆ, ਸੱਟਾਂ ਮਾਰੀ ਗਈਆਂ, ਉਹਨਾਂ ਨੂੰ ਸਮਾਣਾ ਕੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਿਆ ਗਿਆ। ਸਿਰਫ ਚਾਰ ਪੂਰੀਆਂ ਪਿੱਛੇ ਦੋ ਬੰਦੇ ਜ਼ਖਮੀ ਕਰ ਦਿੱਤੇ ਗਏ ਹੈ। ਅਸੀਂ ਹਲਵਾਈ ਦਾ ਭਾਈ ਜੀ, ਹਲਵਾਈ ਦਾ ਕੰਮ ਕਰਦੇ ਹੋ? ਹਾਂਜੀ ਸਰ। ਆਹ ਲੰਗਰ ਬਸ ਪੂੜੀਆਂ ਪਿੱਛੇ ਹੋਇਆ ਸਰ ਜੀ। ਕੀ ਪ੍ਰੋਗਰਾਮ ਸੀ ਉੱਥੇ? ਪ੍ਰੋਗਰਾਮ ਗਣੇਸ਼ ਉਤਸਵ ਦਾ ਸੀ ਜੀ। ਅੱਛਾ। ਉਹ ਜਲ ਪ੍ਰਵਾਹ ਕਰਨ ਗਿਆ ਸੀ, ਪਿੱਛੇ ਜਿਹੜੇ ਉਹਨਾਂ ਦੇ ਗੁਆਂਢੀ ਨੇ ਜੀ ਮੁੰਡੇ ਜੇ, ਉਹਨਾਂ ਪੂੜੀਆਂ ਮੰਗ ਲਈਆਂ ਜੀ, ਅਤੇ ਉਹਨਾਂ ਨੇ ਕਿਹਾ ਭੋਗ ਹਾਲੀ ਲੱਗਿਆ ਨੇ ਵੀਰੇ, ਉਹ ਆ ਜਾਂਦੇ ਨੇ ਮਾਲਕ, ਠੀਕ ਹੈ ਜੀ, ਅਤੇ ਉਹਨਾਂ ਕਰਕੇ ਫਿਰ ਉਹ ਮਾਲਕ ਖੁਦ ਉਹ ਆਏ ਨੇ, ਉਹਨਾਂ ਨੇ ਸਾਨੂੰ ਬਾਹਰ ਕਢਾਇਆ ਜੀ। ਆਹ ਤਾਂ ਬੰਦੇ ਕਾਫੀ ਲੈ ਕੇ ਖੜ੍ਹੇ ਹੋਏ ਸੀ ਅਤੇ ਨਾਲ ਡਾਂਗਾ ਡੂੰਗਾ ਚੱਕ ਰੱਖੇ ਬੰਦੇ, ਉੱਥੇ ਸਾਹਮਣੇ ਮੰਦਿਰ ਦੇ ਸਾਹਮਣੇ ਗੁਆਂਢੀ ਨੇ ਜੀ ਪੂੜੀ ਪਿੱਛੇ ਲਗੜਾਇਆ। ਹਾਂ, ਪੂੜੀ ਪਿੱਛੇ ਸਰ, ਪੂੜੀ ਉਹਨਾਂ ਨੇ ਚਾਰ ਕੁ ਮੰਗੀ ਸੀ ਸਰ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।